नमस्कार दोस्तों, मैं थोड़ा दोस्त मनु मौर जी। मेरे को पता लग गया होगा कि जो वाटर ट्रीटमेंट का एग्जाम है वो 14 नवंबर 2021 दिन ਐਤਵਾਰ ਨੂੰ ਕੰਡਕਟ ਕੀਤਾ ਜਾ ਰਿਹਾ ਤੇ ਇਹ ਸਿੰਪਲ ਜਿਹਾ ਸਿਲੇਬਸ ਹੈ। 8ਵੀਂ ਦੇ ਲੈਵਲ ਦੀ ਜਨਰਲ ਨੌਲੇਜ ਹੋਵੇਗੀ ਤੇ ਹੋਮ ਬੇਸਡ ਐਂਡ ਕੇਅਰ ਹਸਪੀਟਲ ਬੇਸਡ ਕੇਅਰ ਰਿਲੇਟਡ ਕੁਐਸਚਨ ਤੁਹਾਡੇ ਤੋਂ ਐਗਜ਼ਾਮ ਵਿੱਚ ਪੁੱਛੇ ਜਾਣਗੇ। ਇਸ ਸਿਲੇਬਸ ਰਿਗਾਰਡਿੰਗ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਬਣਦੇ ਨੇ ਮੈਂ ਉਹਨਾਂ ਰਿਲੇਟਡ ਤੁਹਾਨੂੰ ਇੱਕ ਕਲਾਸ ਵੀ ਜ਼ਰੂਰ ਪ੍ਰੋਵਾਈਡ ਕਰਵਾ ਦਾਂਗਾ। ਐਂਡ ਤੁਸੀਂ ਬੁੱਕ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬੁੱਕ ਬਾਰੇ ਵੀ ਦੱਸ ਦੇਣਾ ਕਿ ਕਿਹੜੀ ਬੈਸਟ ਬੁੱਕ ਰਹੇਗੀ ਇਸ ਐਗਜ਼ਾਮ ਲਈ। ਤਾਂ ਦੋਸਤੋ ਇਹ ਬੁੱਕ ਹੈ, ਇਸ ਦਾ ਲਿੰਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਹੈ। ਜਾ ਕੇ ਤੁਸੀਂ ਲਿੰਕ ਤੇ ਕਲਿੱਕ ਕਰਕੇ ਸਿੱਧਾ Amazon ਤੇ ਜਾ ਕੇ ਕੈਸ਼ ਔਨ ਡਿਲੀਵਰੀ ਤੇ ਇਸ ਬੁੱਕ ਨੂੰ ਆਰਡਰ ਕਰ ਸਕਦੇ ਹੋ ਐਂਡ ਆਪਣੇ ਐਗਜ਼ਾਮ ਦੀ ਤਿਆਰੀ ਨੂੰ ਪਰਫੈਕਟ ਕਰ ਸਕਦੇ ਹੋ। ओवरऑल सारा सिलेबस इस विच एजिट कवर किया गया है। एग्जाम के पॉइंट ऑफ व्यू नाल काफ़ी इंपोर्टेंट बुक है। जो चंगी तरह तुसीं क्वालीफाई करना चाहुंदे हो वार्ड अटेंडेंट के एग्जाम तो इसनूं जरूर बाय कर लो।